गेम शो नमस्ते सत श्री अकाल आदाब के मनाशन प्यारे दोस्तों प्यारे दर्शकों तुसीं वेखना शुरू कर चुके हो जस कैमरे दी नज़र जस टीवी दे उत्ते। कहिंदे कि बाकी दियां गल्लां छड्डो, पहलां सेहत जरूरी आ। सेहतमंद होना बहुत जरूरी है और सेहत दे विच दो चीज़ां तां बहुत जरूरी आ। एक तां खाणा पीणा असीं खाने की हैगे आ, अज दी जिहड़ियां साडियां कहानियां हैगियां आ ਉਹਦੇ ਵਿੱਚ ਸਿਹਤ ਦੇ ਨਾਲ ਹੀ ਸੰਬੰਧਿਤ ਗੱਲ ਹੈਗੀ ਆ। ਸਭ ਤੋਂ ਪਹਿਲਾਂ ਤਾਂ ਕਹਿੰਦੇ ਕਿ ਜਿਹੜਾ ਤੁਹਾਡਾ ਫੂਡ ਹੈਗਾ ਆ, ਮੰਨ ਲਓ ਰੋ ਫੂਡ ਆਪਾਂ ਕਹਿ ਲੈਂਦੇ ਸਬਜ਼ੀਆਂ ਫਰੂਟ ਹੋ ਗਏ, ਉਹ ਫਰੈਸ਼ ਹੋਣੇ ਚਾਹੀਦੇ ਹੈਗੇ ਆ। ਔਰ ਜਦੋਂ ਤੁਸੀਂ ਮੰਨ ਲਓ ਕਿ ਖਾਣਾ ਵੀ ਖਾ ਲਿਆ ਔਰ ਜਾਂ ਮੰਨ ਲਓ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹੈਗੇ ਆ, ਤਾਂ ਫਿਰ ਯੋਗਾ ਕਰਨਾ ਵੀ ਬਹੁਤ ਜ਼ਰੂਰੀ ਹੈਗਾ ਆ। ਇੰਟਰਨੈਸ਼ਨਲ ਡੇ ਆਫ ਯੋਗਾ 20 ਤਰੀਕ ਨੂੰ ਹੈ, ਐਤਵਾਰ ਨੂੰ। ਸੋ ਆਪਾਂ ਯੋਗਾ ਦੀ ਗੱਲ ਵੀ ਕਰਾਂਗੇ। ਔਰ ਵੈਸੇ ਮੈਂ ਦੱਸ ਦੇਣਾ ਚਾਹੁੰਦਾ ਹੈਗਾ ਕਿ ਇੰਟਰਨੈਸ਼ਨਲ ਡੇ ਆਫ ਯੋਗਾ ਜਿਹੜਾ ਹੈਗਾ ਆ, ਇੰਡੀਅਨ ਕੌਂਸਲੇਟ ਔਰ ਟਾਈਮ ਸਕੇਅਰ ਅਲਾਇੰਸ ਵੱਲੋਂ ਇਕੱਠਿਆਂ ਹੋ ਕੇ ਟਾਈਮ ਸਕੇਅਰ ਦੇ ਉੱਤੇ ਕੀਤਾ ਗਿਆ। ਇਹ ਆਪਾਂ ਤੁਹਾਨੂੰ ਦਿਖਾਵਾਂਗੇ, ਇਹ ਵੀ ਝਲਕੀਆਂ। ਪਰ ਉਸ ਤੋਂ ਪਹਿਲਾਂ ਜਿਹੜੀ ਆਪਾਂ ਗੱਲ ਕਰਦੇ ਹੈਗੇ ਖਾਣ ਪੀਣ ਵਾਲੀ, ਨਿਊਯਾਰਕ ਦੇ ਵਿੱਚ ਆਪਣਾ ਬਾਜ਼ਾਰ ਇੱਕ ਇਹੋ ਜਿਹਾ ਨਾਂ ਹੈਗਾ ਕਿ ਜਿੱਥੇ ਤੁਹਾਨੂੰ ਬਹੁਤ ਫਰੈਸ਼ ਫਰੂਟ ਸਬਜ਼ੀਆਂ ਹਰ ਚੀਜ਼ ਮਿਲਦੀ ਹੈਗੀ ਆ। ਤਾਂ ਨਿਊਯਾਰਕ ਦੇ ਵਿੱਚ ਰਿਚਮਿੰਡ ਹਿੱਲ ਏਰੀਆ ਔਰ ਰਿਚਮਿੰਡ ਹਿੱਲ ਦੇ ਵਿੱਚ ਕੁਈਨਸ ਦੇ ਵਿੱਚ ਪੈਂਦਾ ਹੈਗਾ ਆ, ਉੱਥੇ ਇਸ ਨਿਊਯਾਰਕ ਦੇ ਵਿੱਚ ਉਹਨਾਂ ਨੇ ਆਪਣੀ 5ਵੀਂ ਲੋਕੇਸ਼ਨ ਦਾ ਉਦਘਾਟਨ ਕੀਤਾ, ਯਾਨੀ ਕਹਿੰਦਾ ਮਤਲਬ ਕਿ ਇਨੋਗ੍ਰੇਸ਼ਨ ਕੀਤੀ ਹੈਗੀ ਆ। ਜਿਹੜਾ ਲਿਬਰਟੀ ਐਵਨਿਊ ਔਰ 134 ਸਟਰੀਟ ਪੈਂਦੀ ਹੈਗੀ ਆ, ਉਹਦੇ 'ਤੇ ਉੱਥੇ ਹੀ ਉਹਨਾਂ ਦੇ ਸਿੰਘ ਐਂਡ ਸਿੰਘ ਵਾਲਿਆਂ ਦਾ ਲਾਅ ਫਰਮ ਵੀ ਉੱਥੇ ਹੈਗੀ ਆ। ਔਰ ਉਸੇ ਬਿਲਡਿੰਗ ਦੇ ਵਿੱਚ ਆਪਣਾ ਬਾਜ਼ਾਰ ਦਾ ਇਹ ਓਪਨਿੰਗ ਹੋਈ ਹੈਗੀ ਆ। ਔਰ ਵੈਸੇ ਤਾਂ ਉਹਨਾਂ ਦੇ ਕਹਿੰਦਾ ਕਿ ਨੈਸ਼ਨਲ ਲੈਵਲ ਦੇ ਉੱਤੇ 22 ਤੋਂ ਵੱਧ ਸਟੋਰ ਹੈਗੇ ਆ, ਮਗਰ ਇਹ 5ਵੀਂ ਲੋਕੇਸ਼ਨ ਨਿਊਯਾਰਕ ਦੇ ਵਿੱਚ ਹੈਗੀ ਆ। ਜਸਵਿੰਦਰ ਸਿੰਘ ਜੌਲ ਔਰ ਦੀਪਕ ਭਾਰਤਵਾਜ, ਜਿਹੜੇ ਕਿ ਦੋਨੋਂ ਕਾਫੀ ਦੇਰ ਤੋਂ ਇਕੱਠੇ ਹੀ ਇਹਦੇ ਵਿੱਚ ਆਪਣੀ ਕਮਿਊਨਿਟੀ ਦੀ ਸੇਵਾ ਕਰਦੇ ਹੈਗੇ ਆ, ਫਰੂਟਾਂ ਰਾਹੀਂ, ਸਬਜ਼ੀਆਂ ਰਾਹੀਂ, ਤਾਜ਼ੀਆਂ ਤਾਜ਼ੀਆਂ ਸਬਜ਼ੀਆਂ। ਬਾਕੀ ਕਹਿੰਦਾ ਮਤਲਬ ਕਿ ਖਰਚਾ ਦੇਣਾ ਹੀ ਪੈਂਦਾ, ਫਰੀ ਤਾਂ ਕੋਈ ਕੰਮ ਨਹੀਂ ਹੁੰਦਾ ਹੈਗਾ, ਖਾਣਾ ਪੀਣਾ। ਸਿਹਤ ਜ਼ਰੂਰੀ ਹੈ, ਅਤੇ ਆਓ ਪਹਿਲਾਂ ਆਪਾਂ ਤੁਹਾਨੂੰ ਲੈ ਕੇ ਚੱਲਦੇ ਹੈਗੇ ਆ, ਵਿਖਾਉਂਦੇ ਹੈਗੇ ਕਿ ਇਸ ਉਦਘਾਟਨ ਅਤੇ ਇਸ ਓਪਨਿੰਗ ਦੇ ਉੱਤੇ, ਚਾਹੇ ਉਹ ਜੈਕਸਨ ਹਾਈਟ ਮਰਚੈਂਟ ਆਫ ਐਸੋਸੀਏਸ਼ਨ ਆਫ ਮਰਚੈਂਟਸ ਹੈਗੀ ਆ ਜਾਂ ਹੋਰ ਜਿਹੜੇ ਪਤਵੰਤ ਸੱਜਣ, ਮਗਰ ਸਭ ਤੋਂ ਵੱਡੀ ਗੱਲ ਇਹ ਹੈਗੀ ਆ ਕਿ ਗੁਰੂ ਮਹਾਰਾਜ ਦਾ ਪ੍ਰਕਾਸ਼ ਕਰਕੇ, ਉਹਨਾਂ ਦੇ ਚਰਨ ਪਵਾ ਕੇ ਅਰਦਾਸ ਕਰਕੇ ਤਾਂ ਇਸ ਦੀ ਸ਼ੁਰੂਆਤ ਕੀਤੀ ਗਈ ਔਰ ਬਾਅਦ ਵਿੱਚ ਟੇਪ ਕੱਟੀ ਗਈ। ਮੈਂ ਕੀ ਦੱਸਣਾ ਤੁਹਾਨੂੰ, ਆਓ ਵੇਖਦੇ ਹਾਂ ਇਹ ਨਜ਼ਾਰਾ। ਬ੍ਰਹਮ ਗਿਆਨੀ ਕਰੇ ਪ੍ਰਵਿਆਪ ਬ੍ਰਹਮ ਗਿਆਨੀ ਕਬਲ ਪ੍ਰਤਾਪ ਬ੍ਰਹਮ ਗਿਆਨੀ ਕਦਰ ਸੁਰ ਭਾਗੀ ਪਾਈ ਬ੍ਰਹਮ ਗਿਆਨੀ ਕਬਲ ਰਜਾਈ ਹੈ ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨੋ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਮਨ ਹਰ ਸੂਰੇ ਸੁਣ ਤੇ ਪੁਨੀਤ ਕਹਿ ਤੇ ਬਣ ਸਤਿਗੁਰ ਆਪਰ ਕੋਰੇ ਤੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਕਰਾਈ ਤੇ ਗਵਾਈ ਦੇਖ ਕੇ ਅੰਗਿਠ ਕੀਤਾ ਤਿਨ੍ਹਾਂ ਪਿਆਰਿਆਂ ਪਿਆਰਿਆਂ ਸਿੱਕਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਤਾਂ ਜਸਵਿੰਦਰ ਸਿੰਘ ਜੌਲ ਅਤੇ ਸ਼੍ਰੀ ਦੀਪਕ ਭਾਰਦਵਾਜ ਜੀ ਨੂੰ ਪਰਸਪਰ ਪਿਆਰ ਤੰਦਰੁਸਤੀਆਂ ਕਰਦੀਆਂ ਕਲਾ ਪਰਿਵਾਰਾਂ ਨੂੰ ਸੁਖਵਰਤਾ ਹੋਣੀ ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣਾ ਪਾਵਨ ਹਜ਼ੂਰੀ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆਂ ਪ੍ਰਸ਼ਾਦ ਸਮੂਹ ਸੰਗਤ ਵਰਤੇ ਜੋ ਜੀ ਸਕੇ ਆਪ ਜੀ ਦਾ ਨਾਮ ਜਪੇ ਇਸ ਸਮੇਂ ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ ਦੀ ਓਪਨਿੰਗ ਕਰਨ ਲਈ ਸੱਚੇ ਪਾਤਸ਼ਾਹ ਅੱਗੇ ਬਖਸ਼ਿਸ਼ ਕਰੋ ਆਪ ਸਹਾਈ ਹੋਣਾ ਸੁਖ ਹੋਵੇ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਰਾ Yeah.
मैं शिवदास, प्रेसिडेंट जैक्सनाइट मर्चेंट एसोसिएशन। मैं एसोसिएशन वालों अपने बाजार वाले नू जसविंदर सिंह नू, दीपक जी नू, सारे नू बहुत बहुत बधाई देना। हेलो, माय नेम इज हर्षित चुग। आई एम वाइस प्रेसिडेंट ऑफ जैक्सन हाइट्स मर्चेंट्स एसोसिएशन। फ्रॉम ऑल द यंगस्टर्स ऑफ जैक्सन हाइट्स मर्चेंट्स एसोसिएशन एंड ऑल द कम्युनिटीज नियर बाय, वी विश ऑल ऑफ टू मच कांग्रेचुलेशंस टू अपना बाजार। साडे बड़े अच्छे दोस्त जिहड़े हैगे आ, इह मेरे 30 साल पुराने दोस्त हैगे आ। इन्हां ने इन्नी मेहनत करके इन्हां ने 15-20 स्टोर बनाते आ। इन्हां दा नाम ये साड़ी जैक्सन हाइट की भी बड़ी हेल्प करते हैं और ये करते रहेंगे, और मैं इन्हों का बड़ा धन्यवाद हाँ। परमात्मा इन्हों होर तरक्की देवे। मेरे वालों और अपना बाजार के समूह अदारे वालों जस पंजाबी दे जिन्ने भी विवर आ सारियां नूं प्यार भरी सत श्री अकाल। और जस पंजाबी दे नाल साडा बड़ा ही पुराना रिश्ता आ, पहनी भैन जी नाल साडा बहुत प्यार आ। ये साड़ी इस एरिए दे विच पंजवीं लोकेशन है और सानू सारी कम्यूनिटी ने बड़ा भरमागारा दिता। अगे तो भी असी आस करते हैं कि साड़ी कम्यूनिटी साढ़े ना इस तरह जुड़ेगी। असी अपनी कम्यूनिटी नू अपने वालों तनो मनो तनो वधिया सर्विस देवांगे। और जिदा तुसी मैनू वर्करां बारे पुछ रहे हैं, असी कदे भी किसी नू अपना वर्कर समझिया नहीं। साडे सारे जां बच्चे आ जां भरा आ जां साडे नाल जो वड्डे आ साडे बजुर्ग आ, असी एक परिवार की तरह काम करते हैं और कदे भी असी किसी नू छोटा जां उच्चा समझा नहीं है। यही साड़ी नेचर रही आ। और मेरे दीपक ने एक बहुत ही सिंपल तरीके दे नाल काम किया और परमात्मा ने उहदे विच बरकत पाई। Joel Padwar Nal, Bardwaj Padwar Nal. Thanks to all the customers for supporting Apna Bazaar and showing their support on our first day of this store opening. Nama location Apna Bazaar da 5th in Richmond Hill khul chuke aaj. ਸਾਰਿਆਂ ਨੂੰ ਰਿਕੁਐਸਟ ਹੈ ਕਿ ਉਹ ਆਉਣ ਦੇਖਣ ਅਤੇ ਹੋਪਫੁਲੀ ਉਹ ਆਪਣਾ ਐਕਸਪੀਰੀਅੰਸ ਇੰਜੋਏ ਕਰੂਗੇ। ਲੋਕੇਟਡ ਐਟ 13402 ਲਿਬਰਟੀ ਐਵਨਿਊ। ਆਲਸੋ ਸਾਡਾ ਲਾਅ ਆਫਿਸ ਸਿੰਘ ਐਂਡ ਸਿੰਘ ਲਾਅ, ਜਿਹੜਾ ਸਪੈਸ਼ਲਾਈਜ਼ ਕਰਦਾ ਕੋਰਪੋਰੇਟ ਰੀਅਲ ਅਸਟੇਟ, ਇਮੀਗ੍ਰੇਸ਼ਨ ਅਤੇ ਕ੍ਰਿਮੀਨਲ ਲਾਅ 'ਚ, ਉਹ ਵੀ ਖੁੱਲ੍ਹ ਚੁੱਕਿਆ। ਉਹ ਹੈਗਾ ਸੇਮ ਬਿਲਡਿੰਗ 'ਚ, ਸਵੀਟ 2BF 'ਚ। ਸਾਰਿਆਂ ਨੂੰ ਰਿਕੁਐਸਟ ਹੈ ਕਿ ਕੋਈ ਵੀ ਕੁਐਸਚਨ ਹੈ ਉਹ ਸਾਨੂੰ ਪੇਸ਼ ਕਰ ਸਕਦੇ। ਆਈ ਇਨਵਾਈਟ ਐਵਰੀਵਨ ਟੂ ਕਮ ਆਊਟ ਐਂਡ ਐਕਸਪਲੋਰ ਦ ਨਿਊ ਸਟੋਰ। ਇਟਸ ਅ ਗ੍ਰੇਟ ਲੋਕੇਸ਼ਨ। I want to say congratulations to the whole Apna Bazaar team, and our law firm is also located on 134th Street, Singh & Singh Law. So if you have any questions for us, please feel free to contact us. Thank you. Richmond Hill area de vich saadi 5th location si, khaas taur te is area de vich 134th street de lage apne bahut zyada Punjabi community di vasoa te sanu bahut saalan to demand si ki itthe store chahida hai, te assi aaj ਬਹੁਤ ਹੀ ਪ੍ਰਾਊਡ ਫੀਲ ਕਰਦੇ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਸਾਡੀ ਕਮਿਊਨਿਟੀ ਨੇ ਸਾਨੂੰ ਪਹਿਲਾਂ ਸਾਡੀ ਜੀ ਭਰ ਕੇ ਹੈਲਪ ਕੀਤੀ ਆ, ਅਤੇ ਹੁਣ ਵੀ ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਅੱਗੇ ਤੋਂ ਵੀ ਜ਼ਿਆਦਾ ਹੁੰਗਾਰਾ ਮਿਲੇਗਾ। ਬਹੁਤ ਬਹੁਤ ਮੁਬਾਰਕਾਂ ਨਾ ਸਿਰਫ ਜਸਵਿੰਦਰ ਸਿੰਘ ਭਾਜੀਰਾਂ ਨੂੰ ਗ੍ਰੈਂਡ ਓਪਨਿੰਗ ਦੀਆਂ, ਪਰ ਸਾਰੀ ਕਮਿਊਨਿਟੀ ਨੂੰ, ਕਿਉਂਕਿ ਜਿੱਥੇ ਵੀ ਆਪਣਾ ਬਾਜ਼ਾਰ ਖੁੱਲ੍ਹਦਾ ਉੱਥੇ ਰੌਣਕਾਂ ਲੱਗ ਜਾਂਦੀਆਂ, ਉਸ ਏਰੀਏ ਦੇ ਸਾਰੀ ਵੈਲਿਊ ਵੱਧ ਜਾਂਦੀ ਹੈ। ਅਸੀਂ ਐਕਸਪੀਰੀਅੰਸ ਕੀਤਾ ਹਿਕਸਵਿਲ ਦੇ ਵਿੱਚ, ਸਾਡੇ ਗੈਲਰੀਏ ਦੀ ਵੈਲਿਊ ਆਸੇ ਪਾਸੇ ਸਾਰੀ ਰੀਅਲ ਸਟੇਟ ਹਿਕਸਵਿਲ ਦੀ, ਜੇ ਕ੍ਰੈਡਿਟ ਜਾਂਦਾ ਹੈ ਤਾਂ ਆਪਣਾ ਬਾਜ਼ਾਰ ਨੂੰ ਔਰ ਉਹਨਾਂ ਦੇ ਓਨਰਸ ਨੂੰ, ਜਿਨ੍ਹਾਂ ਨੇ ਇੰਨਾ ਵਧੀਆ ਸਟੋਰ ਉੱਥੇ ਵੱਡਾ ਬਣਾਇਆ। ਔਰ ਹੁਣ ਇੱਥੇ ਲਿਬਰਟੀ ਐਵਨਿਊ 'ਤੇ ਕਿੰਨੇ ਇੰਨੇ ਸਟੋਰ ਨੇ ਇੱਥੇ, ਔਰ ਸਾਰਿਆਂ ਨੂੰ ਬਹੁਤ ਫਾਇਦਾ ਪਹੁੰਚਦਾ ਇਸ ਗੱਲ ਦਾ, ਕਮਿਊਨਿਟੀ ਨੂੰ, ਨਾ ਸਿਰਫ ਗਰੋਸਰੀ ਦਾ ਕਨਵੀਨੀਅੰਸ, ਕੁਆਲਿਟੀ, ਪ੍ਰਾਈਸਿਸ, ਪਰ ਔਲਸੋ ਇਹਦੇ ਨਾਲ ਇਹ ਵੀ ਆਪਣਾ ਪੰਜਾਬੀਅਤ ਦਾ, ਆਪਣੇ ਬੰਦਿਆਂ ਦਾ ਜਿਹੜਾ ਇੱਥੋਂ ਦਾ ਟੌਰ ਹੋਰ ਵੱਧਦੀ, ਰੋਹ ਵੱਧਦਾ। ਔਰ ਇਹ ਸਭ ਤੋਂ ਵੱਡੀ ਗੱਲ ਹੈ ਵੀ ਬਿਜ਼ਨਸਮੈਨ ਚੰਗੇ ਹੋਣ ਤੋਂ ਇਲਾਵਾ ਇਨਸਾਨ ਬੜੇ ਚੰਗੇ ਨੇ, ਆਪਣੀ ਕਮਿਊਨਿਟੀ ਨੂੰ ਜਿੱਥੇ ਵੀ ਲੋੜ ਹੋਵੇ ਉੱਥੇ ਖੜ੍ਹੇ ਹੁੰਦੇ ਨੇ, ਔਰ ਹਰ ਜਗ੍ਹਾ 'ਤੇ ਮਦਦ ਕਰਦੇ ਨੇ, ਭਾਵੇਂ ਗੁਰਦੁਆਰਾ ਸਾਹਿਬ ਹੋਵੇ ਅਤੇ ਭਾਵੇਂ ਕੋਈ ਲੋੜਵੰਦ ਹੋਵੇ, ਹਰ ਜਗ੍ਹਾ ਇਹ ਪਹੁੰਚਦੇ ਨੇ। ਸੋ ਪਰਮਾਤਮਾ ਇਸ ਲਈ ਇਹਨਾਂ ਰੰਗ ਲਾ ਰਿਹਾ, ਉਹ ਮਹਾਰਾਜ ਹੋਰ ਤਰੱਕੀਆਂ ਬਖਸ਼ੇ ਇਹਨਾਂ ਦੇ। ਰਿਚਮੰਡ 5 ਸਟੋਰ ਨੇ, ਟੋਟਲ 22 ਸਟੋਰ ਨੇਸ਼ਨ ਵਾਈਡ, ਹੋਰ ਨਹੀਂ ਮੈਨੂੰ ਲੱਗਦਾ ਪਟੇਲ ਬਰਦਰ ਤੋਂ ਇਲਾਵਾ ਕਿਸੇ ਦੇ ਵੀ ਇੰਨੇ ਆਪਣੇ ਪੰਜਾਬੀ ਕਮਿਊਨਿਟੀ 'ਚ ਹੋਣ, ਅਤੇ ਮਹਾਰਾਜ ਕਰੇ ਔਰ 100 ਸਟੋਰ ਬਣਨ ਜਲਦੀ ਇਹਨਾਂ ਦੇ, ਇਹ ਸਾਡਾ ਅਰਦਾਸ ਹੈ। ਅਤੇ ਜਸ ਪੰਜਾਬੀ ਦੇ ਸਾਰੇ ਵਿਊਅਰਸ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਆਪਣਾ ਬਾਜ਼ਾਰ ਨੂੰ ਸਪੋਰਟ ਕਰੋ, ਜਿੱਦਾਂ ਇਹ ਆਪਣੀ ਕਮਿਊਨਿਟੀ ਨੂੰ ਸਪੋਰਟ ਕਰਦੇ ਨੇ, ਆਪਣਾ ਸਾਰਿਆਂ ਦਾ ਫਰਜ਼ ਹੈ ਵੀ ਇਸ ਸਟੋਰ ਨੂੰ ਸਪੋਰਟ ਕਰ। ਨਮਸਕਾਰ, ਤਾਂ ਪ੍ਰੋਗਰਾਮ ਸ਼ੁਰੂ ਹੁੰਦੇ ਹੀ ਹੋ ਗਈ ਸੀਗੀ ਜਸ ਕੈਮਰੇ ਦੀ ਨਜ਼ਰ ਦੇ ਵਿੱਚ, ਔਰ ਹੁਣ ਮੈਂ ਦੇਖੋ ਪਹੁੰਚ ਗਿਆ ਹੈਗਾ ਆਪਣੀਆਂ ਹੋਰ ਸਟੋਰੀਆਂ ਦੇ ਨਾਲ ਨਾਲ ਟਾਈਮ ਸਕੇਅਰ। ਵਾਜਵਾ ਟਾਈਮ ਸਕੇਅਰ ਦੇ ਉੱਤੇ ਇਹ ਨਾ ਜਿਹੜਾ ਇੱਕ ਤਾਂ 7 ਐਵਨਿਊ ਪੈ ਜਾਂਦਾ ਹੈਗਾ ਆ, ਔਰ ਬਿਟਵੀਨ ਅਸੀਂ ਕਹਿ ਸਕਦੇ ਹੈਗੇ ਹਾਂ ਕਿ 46 ਸਟਰੀਟ, 47, 48 ਬਿਟਵੀਨ ਇਹ ਆ,
पर अज तुसी जिहड़ा इह देख रहे हैगे दृश्य खूबसूरती अज जिहड़ी इत्थे दी हैगी आ ਉਹ ਯੋਗਾ ਕਹਿੰਦਾ ਮਤਲਬ ਕਿ ਬੰਦਾ ਆਪਣੇ ਆਪ ਨੂੰ ਖੂਬਸੂਰਤ ਕਰਨ ਦੇ ਲਈ ਯੋਗਾ ਕਰਦਾ ਹੈਗਾ ਤਾਂ ਉਹਦੇ ਲਈ ਅੱਜ ਇਹ ਯੋਗਾ ਦੇ ਜਿਹੜਾ ਨੈਸ਼ਨਲ ਲੈਵਲ ਦੇ ਉੱਤੇ ਇਹਨੇ ਮੇਰੇ ਖਿਆਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਤੁਸੀਂ ਕਹਿ ਸਕਦੇ ਹੈਗੇ ਆ ਇਹ ਬਣਾਇਆ ਗਿਆ ਸੀਗਾ ਪਿਛਲੇ ਸਾਲ ਵੀ ਸੀਗਾ ਕੋਵਿਡ ਕਰਕੇ ਥੋੜ੍ਹਾ ਜਿਹਾ ਉਸ ਤਰੀਕੇ ਨਾਲ ਹੋਇਆ ਪਰ ਇੰਡੀਅਨ ਕੌਂਸਲੇਟ ਅਤੇ ਸੀ ਜੀ ਬਸ ਔਨ ਦਾ ਵੇ ਹੈਗੇ ਆ ਉਹ ਵੀ ਪਹੁੰਚਣ ਵਾਲੇ ਹੈਗੇ ਆ ਔਰ ਹੁਣੇ ਜੋ ਇੱਥੇ ਦੇ ਪ੍ਰੋਗਰਾਮ ਹੋਣਗੇ ਕਿਸ ਤਰੀਕੇ ਦੇ ਨਾਲ ਹਰ ਬੰਦਾ ਆਪਣੇ ਸਰੀਰ ਨੂੰ ਸੰਭਾਲਣ ਦੇ ਲਈ ਯੋਗਾ ਕਰ ਰਿਹਾ ਕੋਈ ਸਾਹ ਅੰਦਰ ਨੂੰ ਕਰ ਰਿਹਾ ਕੋਈ ਬਾਹਰ ਨੂੰ ਕੱਢ ਰਿਹਾ ਹੈਗਾ ਮਤਲਬ ਇਹਦਾ ਹੈ ਕਿ ਜਿੰਨੇ ਸਾ ਮੈਨੂੰ ਕਿਸੇ ਬੰਦੇ ਨੇ ਕੁਐਸਚਨ ਕੀਤਾ ਕਿ ਜਦੋਂ ਬੰਦਾ ਪੈਦਾ ਹੁੰਦਾ ਆ ਉਦੋਂ ਤੋਂ ਮਰਨ ਤੱਕ ਕਿੰਨੇ ਸਾਹ ਲੈਂਦਾ ਮੇਰੇ ਲਈ ਬੜਾ ਦੁਬਧਾ ਵਾਲਾ ਕੁਐਸਚਨ ਸੀਗਾ ਪਰ ਮੈਂ ਫਿਰ ਬਾਅਦ ਜਦੋਂ ਸੋਚਿਆ ਮੈਨੂੰ ਇਹੀ ਪੱਲੇ ਪਿਆ ਕਿ ਬੰਦਾ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਦੋ ਸਾਹ ਲੈਂਦਾ ਆ ਜਦੋਂ ਪੈਦਾ ਹੁੰਦਾ ਆ ਸਾਹ ਅੰਦਰ ਨੂੰ ਲੈਂਦਾ ਤਾਂ ਜਦੋਂ ਮਰਦਾ ਤਾਂ ਸਾਹ ਬਾਹਰ ਨੂੰ ਛੱਡਦਾ ਉਹਦੇ ਦੋ ਆਪਣੇ ਸਾਹ ਜਿਹੜੇ ਹੁੰਦੇ ਆ ਰੱਬ ਵੱਲੋਂ ਮਿਲੇ ਬਾਕੀ ਤਾਂ ਕਹਿੰਦਾ ਮਤਲਬ ਕਿ ਜ਼ਿੰਦਗੀ ਜੀਣ ਦੇ ਲਈ ਹੁੰਦਾ ਪਰ ਇਹ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ ਅਤੇ ਆਓ ਫਿਰ ਆਪਾਂ ਹੁਣ ਨਜ਼ਾਰਾ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇੰਸਟਰਕਟਰ ਜਿਹੜੇ ਹੈਗੇ ਆ ਉਹ ਆਪਣੀ ਗੱਲਬਾਤ ਦੱਸਦੇ ਆ ਕਿ ਹਾਂਜੀ ਬਾਂਹ ਨੂੰ ਇੱਦਾਂ ਕਰੋ ਜਾਂ ਇੱਦਾਂ ਕਰੋ ਮੈਂ ਵੈਸੇ ਕੋਈ ਯੋਗਾ ਇੰਸਟਰਕਟਰ ਨਹੀਂ ਹੈਗਾ ਤਾਂ ਮੈਂ ਤਾਂ ਆਪਣੇ ਕੈਮਰੇ ਨਾਲ ਜੋ ਵੇਖੂੰਗਾ ਉਹ ਤੁਹਾਨੂੰ ਜ਼ਰੂਰ ਦਿਖਾਊਂਗਾ ਔਰ ਕੋਸ਼ਿਸ਼ ਕਰਾਂਗੇ ਕੋਈ ਇੰਸਟਰਕਟਰ ਖਾਸ ਤੌਰ 'ਤੇ ਵੈਸੇ ਦੇਖਣ ਦੇ ਵਿੱਚ ਜਿੱਥੇ ਤੱਕ ਮੈਂ ਦੇਖ ਰਿਹਾ ਹਲੇ ਤੱਕ ਸਾਰੇ ਇੱਥੇ ਗੋਰੇ ਕਾਲੇ ਸਾਰੇ ਉਹੀ ਇਕੱਠੇ ਹੋਏ ਆ ਮਗਰ ਆਪਣੇ ਜਿਹੜੇ ਹੈਗੇ ਏਸ਼ੀਅਨ ਦੇਸੀ ਕਲਰ ਜਿਹੜਾ ਆਪਾਂ ਕਹਿ ਲੈਂਦੇ ਹਾਂ ਹੋ ਸਕਦਾ ਕਿ ਆਪਾਂ ਤਾਂ ਰੋਜ਼ ਹੀ ਘਰ ਆਪਣੇ ਐਕਸਰਸਾਈਜ਼ਾਂ ਕਰਦੇ ਰਹਿੰਦੇ ਹਾਂ ਜਿੰਨਾ ਘੇ ਖਾ ਲਿਆ ਉਹਨੇ ਦੌੜ ਭੱਜ ਕਰਕੇ ਉਹਨੂੰ ਸਹੀ ਕਰ ਲਿਆ ਅਤੇ ਆਓ ਫਿਰ ਵੇਖੋ ਇਹ ਨਜ਼ਾਰਾ ਹਮ ਕੌਂਸਲੇਟ ਕੀ ਟੀਮ ਕੌਂਸਲਰ ਜਨਰਲ ਆਫ ਇੰਡੀਆ ਨਿਊਯਾਰਕ ਕੀ ਟੀਮ ਕੀ ਤਰਫ ਸੇ ਹੈ ਯਹਾਂ ਪੇ ਹਮ ਅੱਜ ਟਾਈਮ ਸਕੁਆਇਰ ਅਲਾਇੰਸ ਕੇ ਸਾਥ ਪਾਰਟਨਰਸ਼ਿਪ ਮੇਂ ਇੰਟਰਨੈਸ਼ਨਲ ਡੇ ਆਫ ਯੋਗਾ ਸੈਲੀਬ੍ਰੇਟ ਕਰ ਰਹੇ ਹੈ ਔਰ ਇਟਸ ਅ ਰੀਅਲੀ ਆਈਕੋਨਿਕ ਇਵੈਂਟ ਵੇਅਰ ਵੀ ਆਰ ਪ੍ਰੋਮੋਟਿੰਗ ਅਵਰ ਟ੍ਰਾਈਬਸ ਪ੍ਰੋਡਕਟਸ ਆਲਸੋ ਫਸਟ ਟਾਈਮ ਇਨ ਦਾ USA ਐਂਡ ਵੀ ਹੈਵ ਸਮ ਗੁਡੀ ਬੈਗਸ ਵੇਅਰ ਵੀ ਹੈਵ ਪੁੱਟ ਸਮ ਸੈਨੀਟਾਈਜ਼ਰ ਸਮ ਮਾਸਕ ਸਮ ਕਾਫੀ ਮਗਸ ਐਂਡ ਸਮ ਪ੍ਰੋਮੋਸ਼ਨਲ ਆਈਟਮਸ ਸਮ ਗਿਫਟ ਵਾਊਚਰਸ ਫਰੋਮ ਟਾਟਾਜ਼ ਐਂਡ ਵੀ ਆਰ ਪ੍ਰੋਮੋਟਿੰਗ ਦੇ ਟੀਜ਼ ਆਲਸੋ ਸੋ ਇਟਸ ਅ ਰੀਅਲੀ ਗੁੱਡ ਇਵੈਂਟ ਹਾਈ ਆਈ ਐਮ ਡਗਲਸ ਸਟੂਅਰਟ ਆਈ ਐਮ ਦਾ ਕੋ-ਫਾਊਂਡਰ ਆਫ ਯੋਗਾ ਆਫ ਸਮਰ ਸੋਲਸਟਿਸ ਯੋਗਾ ਇਨ ਟਾਈਮਸ ਸਕੁਆਇਰ And as you can see around me, it's pretty busy here. And we just taught, or I just taught a yoga class right here in this very spot. There are people walking around, there's traffic, buses, pedestrians, everything, the distraction of signs. Why are we doing yoga in this setting? It's not a mountaintop, it's not a beach, it's not a yoga studio. But why here in the city, or in this place in the city, Times Square? Is one of the busiest intersections in the world. Well, as you know, maybe yoga is I like to think of it as a relationship between the mind and the body, the spirit. And as we practice harnessing or yoking these three qualities or aspects of ourselves to each other, we find that we come into roadblocks or obstacles. And this setting is a perfect way to find out how to incorporate those obstacles and ultimately to transcend those obstacles. Happy International Day of Yoga to all the viewers of Just TV. Yoga is about health, it's about well-being, and we encourage more of you to come out and bring more and more of yoga in your lives so that we can stay with ourselves and in harmony with nature. This is Shatrughan Sinha, Deputy Consul General of India in New York. We are here at Times Square celebrating the 7th International Day of Yoga. While we celebrate yoga in various parts of the world. Celebrating yoga here in Times Square is very special, very unique. Bring the world together. Thank you. And let's take a deep breath in just to center ourselves. And let go. And what we're going to be doing today is covering many levels of yoga. So of course some asanas, but we'll also do some pranayams and some meditation. So you breathe in, take your head back. Out, chin to the chest.
halfway through. Just your whole back is in one line, like a table. Now see if you can move, push your back or hips just a little bit more. Push your hips back. Shoulders. So you can just loosen them up a little bit. The breath along with movement has amazing power to heal. It's everything easier when you smile. And relax. Left. Come back again. Last one. Right. Left. And left. Come back to center. And on. सो दोस्तों तुसी वेख्या कि योगा दे विच किस तरीके सा रहा है और देखो किट भी मिल रही हैगी आ और मैं टी शर्ट भी पा ली हैगी आ इंटरनेशनल योगा दे उत्ते जो इंडियन कौंसलेट वालों अज प्रबंध किया गया है टाइम स्केयर के उत्ते सो अज जस कैब की नज़र दे विच योगा लई इत्थे तक ही ब्रेक भी लैने आ और अगला प्रोग्राम भी दिखाने आ दोस्तों ब्रेक तो बाद थोड़ा निघा स्वागत हैगा तुसी देख रहे हैगे आ जस कैमरे दी नज़र दीपक तिमान थोड़े लिए हर सोमवार शाम नूं 7 बजे जस कैमरे नज़र लैके आता जिहदे विच तुसी वख-वख स्टेटां दे विच वख-वख लोकेशनां ते जां वख-वख जगह दे उत्ते किस तरीके नाल की वापर रिहा हैगा साडी कम्यूनिटी की हो रहा उहदे नाल उहदियां स्टोरियां आपां थोड़ा साझ करदे हैगे आ अमेरिका च ही नहीं और इंडिया दे विच भी गुरु अर्जन देव जी का शहीदी दिहाड़ा मनाया गया हर गुरु घर के बच्चे तो आओ थानू दिखाने है कि श्री गुरु रविदास टैंपल जो कि जैक्सन हाइट आप बुड साइड कह लें 61-01 बुड साइड ब्रॉडवे के उत्ते है उत्थे उन्होंने एतवार को गुरु अर्जन देव जी का शहीदी दिन मनाया अते गुरु रविदास महाराज का ज्योति जोत दिहाड़ा भी वो नाल ही नाल मनाया और ये नाल ही उत्थे मीटिंग दे विच सारे जने बैठे सीगे तो उन्होंने यह गल की हैगी है कि फरवरी दे विच श्री गुरु रविदास महाराज का जो प्रकाश दिहाड़ा मनाते हैं वह कोविड करके नहीं मना सकी तो मगर वह हुण 11 जुलाई नू श्री गुरु रविदास टैंपल दे विच गुरु रविदास महाराज का 644वां यह प्रकाश दिहाड़ा मना रहे हैगे आ और इस दे नाल ही नाल गल है कि 29 जून तो 11 श्री अखंड पाठ साहिब का आरंभ होगा और जिन्हों के भोग पैणगे नाल दी नाल उस दिन ही और 11 जुलाई नू लाइव जस पंजाबी दे उत्ते भी विखाया जाएगा पर आओ पहला उस तो पहला थोड़ा विखाने है कि गुरु अर्जन देव जी के शहीदी दिन के उत्ते और श्री रविदास गुरु जी के ज्योति जोत दिन के उत्ते संगत किस तरीके गुरु घर इकट्ठिया हुई वाहेगुरु जी का खालसा वाहेगुरु जी की फतेह जो बोले सो नरपै सतगुरदास महाराज की जय समुची सात संगत नूं अज असी गुरु घर पहुँचे तो साहब श्री गुरु अर्जन देव जी के शहीदी दिवस से सतगुरदास महाराज जी के ज्योति जोत दिवस के उत्ते जो कि अज हफ्तावारी दीवान उन्होंने समर्पित किया गया है सो समुची संग साध संगत अज जिनी भी पहुँची है उन्हों का असी बहुत बहुत धन्यवाद करते हाँ अते असी अपने रहबरां दी याद विच शहीदी दिवस मनाते हुए ज्योति जोत दिवस मनाते हुए अपनी समुची प्रबंधक कमेटी सेवादारा वालों समुची साध संगत वालों कोट कोट प्रणाम करते हाँ अते संगत का बहुत बहुत धन्यवाद करते हाँ आने वाले प्रोग्रामों के भी इस तरह ही बढ़ चढ़ के हिस्सा लवो जी गुरु घर दी खुशियां प्राप्त करो वाहेगुरु जी का खालसा वाहेगुरु जी की फतेह आओ हुण आपां जिहड़ा अपना कैमरा घुमाने हैगे आ पहला आपे ट्राई स्टेट एरिया दे विच तो हुण मैट्रोपोलिटन वाल चलते हैं वाशिंगटन DC और वर्जीनिया वाल जिथों के सरमुख सिंह मानकू जी सानू स्टोरियां भेजते हैं उत्थे भी श्री गुरु अर्जन देव जी का यह शहीदी दिहाड़ा मनाया गया फेयरफैक्ट स्टेशन वर्जीनिया दे विच सिख फाउंडेशन ऑफ वर्जीनिया वालों गुरु अर्जन देव जी का यह शहीदी दिन मनाया गया मारते हैं नज़र सरमुख सिंह मानकू वालों फिर संकट जो गर्भ ना आयो
ਸਤਿਗੁਰੂ ਜੀ ਅੱਜ ਅਸੀਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾ ਰਹੇ ਹਾਂ ਗੁਰੂ ਸਾਹਿਬਾਨਾਂ ਦੀ ਜੀਵਨੀ ਦੱਸਦੀ ਹੈ ਧੰਨ ਗੁਰੂ ਅਰਜਨ ਦੇਵ ਜੀ ਵਾਜ਼ ਏ ਬਲੈਂਡ ਆਫ ਡਿਵੋਸ਼ਨ ਐਂਡ ਸੈਕਰੀਫਾਈਸ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਹੋਈ 1606 May 30th, 1606. Now, Guru Tegh Bahadur Sahib was the Guru. And Guru Gobind Singh Ji, he was not Guru yet, was not even 9 years old. And so on that Shahidi Day, just like here, the Sangat gathered at Anandpur Sahib. Then Guru Tegh Bahadur Sahib ne apne man vich ki vicharya hoya ki main Sangat nu aj ki vyakhya karu. उन्होंने शायद सोचा होगा जरा शब्द उन्होंने राग सुरत लिखा है हालांकि वह शब्द उस समय नहीं लिखा पहले का लिखा हुआ है तो वो शब्द विच गुरु तेग बहादुर साहब कहते हैं जो नर दुख में दुख नहीं माने सुख सने और भय नहीं जाके कंचन माटी माने ਅਤੇ ਹੁਣ ਇੱਕ ਨਜ਼ਰ ਵਰਜੀਨੀਆ ਦੇ ਵਿੱਚ ਹੀ ਮਿਸ ਇੰਡੀਆ ਦਾ ਇੱਕ ਇੰਟਰਟੇਨਮੈਂਟ ਪ੍ਰੋਗਰਾਮ ਹੋਇਆ ਮਨੀਸ਼ ਸੂਦ ਔਰ ਖਾਸ ਤੌਰ ਦੇ ਉੱਤੇ ਜੋ ਸੈਲੀਬ੍ਰਿਟੀ ਜੱਜ ਸੀਗੇ ਇਸ ਪ੍ਰੋਗਰਾਮ ਦੇ ਵਿੱਚ ਮਿਸ ਇੰਡੀਆ ਦੇ ਨਰਗਿਸ ਫਾਖਰੀ ਤਾਂ ਕਿਸ ਤਰੀਕੇ ਨਾਲ ਇਹ ਮਿਸ ਇੰਡੀਆ ਦਾ ਸ਼ੋਅ ਹੋਇਆ ਸਿਰਮੁਖ ਸਿੰਘ ਮਾਨਕੂ ਜੀ ਦੀ ਇਹ ਰਿਪੋਰਟ ਆਦਾਬ ਸਤਿ ਸ਼੍ਰੀ ਅਕਾਲ ਮੈਂ ਹੂੰ ਮਨੀਸ਼ ਸੂਦ ਔਫ ਇੰਟੈਂਸ ਐਂਟਰਟੇਨਮੈਂਟ ਅੱਜ ਹਮਾਰਾ ਇੱਥੇ मिस इंडिया डीएमवी पैजेंट हुआ था इट्स ऑन 18th ऑफ जून एंड दिस वाज द फर्स्ट इवेंट आफ्टर द पेंडेमिक एंड वी हैड अ ह्यूज ह्यूज क्राउड एंड वी हैड अ ग्रेट सपोर्ट बाय द डीएमवी एरिया एंड द विनर्स वर ग्रेट वी आर नाउ इंटेंस एंटरटेनमेंट इज क्रिएटिंग अ प्लेटफॉर्म फॉर ऑल दीज ब्यूटिफुल यंग लेडीज who are eager to do something in life and we are going to create a platform which is going to take them to different level it's Miss India DMV this is the first year we had an event like this and we are going to have a great event every year the winners are going to go to the nationals which is going to happen in New Jersey which is Miss India USA and if they win over there they are going to go to the Miss India worldwide and another a lot of things are going to give a lot of surprises a lot of gifts are going to be given to them thank you hi everybody this is Ishika Girish and I just won Miss India DMV the feeling is unimaginable unexpressible this truly has been the best night of my life I'm looking forward to the opportunities and platforms this crown is going to give me thank you all so much for your support hi everybody this is Ishika Girish I just won Miss India DMV. This evening has been spectacular, truly been the best night of my life. I'm so excited for the opportunities and platforms this crown is going to give me. Thank you all so much for your support. ਅੱਜ ਦੀਆਂ ਕਹਾਣੀਆਂ ਇੱਥੇ ਤੱਕ ਹੀ ਅਗਲੇ ਹਫ਼ਤੇ ਹੋਰ ਕਹਾਣੀਆਂ ਹੋਰ ਸਟੋਰੀਆਂ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਸ਼ਾਮਿਲ ਹੋਏਗਾ ਹਾਜ਼ਰ ਹੋਏਗਾ ਦੀਪਕ ਤਿਮਾਨ ਅਗਰ ਤੁਹਾਡੇ ਵੀ ਕੋਈ ਸੁਨੇਹੇ ਜਾਂ ਤੁਸੀਂ ਵੀ ਕੋਈ ਆਪਣੀ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੈਗੇ ਆ ਜਸ ਟੀ ਵੀ ਦੇ ਉੱਤੇ ਜਸ ਕੈਮਰੇ ਦੀ ਨਜ਼ਰ ਦੇ ਵਿੱਚ ਪ੍ਰੋਗਰਾਮ ਤਾਂ ਬਹੁਤ ਚੱਲਦੇ ਨੇ ਨਿਊਜ਼ ਬਹੁਤ ਚੱਲਦੀਆਂ ਨੇ ਮਗਰ ਜਸ ਕੈਮਰੇ ਦੀ ਨਜ਼ਰ ਇੱਕ ਪ੍ਰੋਗਰਾਮ ਹੈ ਜਿਹਦੇ ਵਿੱਚ ਅਸੀਂ ਸਾਡੀ ਕਮਿਊਨਿਟੀ ਵਿੱਚ ਕੀ ਹੋ ਰਿਹਾ ਉਹ ਜ਼ਿਆਦਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹੈਗੇ ਆ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੈਗੇ ਆ info@justbroadcasting.com ਜਾਂ deepak@justbroadcasting.com ਇਸ ਦੇ ਨਾਲ ਹੀ ਹੁਣ ਦਿਓ ਇਜਾਜ਼ਤ ਮਿਲਦੇ ਹਾਂ ਅਗਲੇ ਹਫ਼ਤੇ ਰੱਬ ਰਾਖਾ